ਪੰਜਾਬੀਆਂ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਅਤੇ 1849 ਤੋਂ ਵੰਡ ਤੱਕ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਦੀ ਦਾਸਤਾਨ ਬਿਆਨ ਕਰਦਾ ਜੰਗ-ਏ-ਆਜ਼ਾਦੀ ਮੈਮੋਰੀਅਲ ਜਲੰਧਰ ਅੰਮ੍ਰਿਤਸਰ ਰੋਡ ਤੇ ਪੈਂਦੇ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ 25 ਏਕੜ ਵਿੱਚ ਬਣਵਾਇਆ ਜਾ ਰਿਹਾ ਹੈ। ਇਸ ਦੀ ਮੁੱਖ ਯਾਦਗਾਰੀ ਇਮਾਰਤ 43.08 ਮੀਟਰ ਉਚਾਈ ਵਾਲੀ ਹੈ। 45.5 ਮੀਟਰ ਉਚਾਈ ਵਾਲਾ ਸ਼ਹੀਦੇ ਮੀਨਾਰ ਇਸ ਨੂੰ ਵੱਖਰੀ ਦਿੱਖ ਪ੍ਰਦਾਨ ਕਰੇਗਾ। ਇਸ ਯਾਦਗਾਰ ਦੇ ਮੱਧ ਵਿੱਚ 10 ਸ਼ਹੀਦਾਂ ਦੇ ਬੁੱਤ ਬਣਵਾਏ ਜਾਣਗੇ। ਗੈਲਰੀਆਂ ਵਿੱਚ LED ਅਤੇ ਪੇਂਟਿੰਗਾਂ ਦੁਆਰਾ ਜਾਣਕਾਰੀ ਦਿੱਤੀ ਜਾਵੇਗੀ। ਇੱਥੇ ਫਿਲਮ ਥੀਏਟਰ, ਆਡੀਟੋਰੀਅਮ, ਐਮਪੀ ਥੀਏਟਰ, ਓਪਨ ਏਅਰ ਥੀਏਟਰ ਅਤੇ ਫੂਡ ਕੋਰਟ ਵੀ ਬਣਵਾਇਆ ਜਾਵੇਗਾ। ਇਸ ਯਾਦਗਾਰੀ ਕੰਪਲੈਕਸ ਦਾ ਕੰਮ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਜਲਦੀ ਹੀ ਇਹ ਤਿਆਰ ਹੋ ਕੇ ਪੂਰੇ ਸੰਸਾਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਵੇਗਾ। ਪੰਜਾਬ ਸਰਕਾਰ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ ਉਹਨਾਂ ਦੀ ਸ਼ਹਾਦਤ ਦੀ ਯਾਦ ਵਿੱਚ ਇਹ ਯਾਦਗਾਰੀ ਇਮਾਰਤ ਬਣਵਾ ਕੇ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ।